ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਹਾਂਜੀ ਦੋਸਤੋ, ਕੀ ਹਾਲ ਚਾਲ? ਮੈਂ ਤੁਹਾਡਾ ਵੀਰ ਮਿਸਤਰੀ ਅਹਿਸਾਨ ਤੁਹਾਨੂੰ ਆਪਣੇ ਅੱਜ ਦੇ ਇਸ ਵਲੋਗ 'ਚ ਖੁਸ਼ ਆਮਦੀਦ ਕਹਿੰਦਾ। ਅੱਲਾਹ ਤਾਲਾ ਦੀ ਰਹਿਮਤ ਕਰਮ ਫਜ਼ਲ ਸ਼ੁਕਰ ਦੇ ਨਾਲ ਆਪਣਾ ਅੱਜ ਦਾ ਇਹ ਵਲੋਗ ਕਰੀਏ ਜੀ ਸ਼ੁਰੂ। ਇਹ ਜੀ ਆਪਣਾ ਕੰਮ ਸ਼ੁਰੂ ਕੀਤਾ, ਚਿਣਾਈ ਦਾ ਦੀਵਾਰ ਬਣਾਉਣ ਡਿਆ ਸਾਂ। ਮਾਸ਼ਾਅੱਲਾ, ਦੁਬਾਰਾ ਕਰਾਂ, ਦੋ ਵਾਰ ਅਸੀਂ ਲਾਏ ਨੇ, 10 ਵੱਜ ਗਏ ਨੇ ਸਾਡੇ, ਦੋ ਵਾਰ ਲਾਉਂਦੇ, ਤੀਸਰੇ ਵਾਰ ਦਾ ਇਹ ਸੂਤਰ ਬੰਨਿਆ। ਪਾਣੀ ਪੀਣ ਲੱਗੇ ਹਾਂ, ਅੱਲਾਹ ਤੇਰਾ ਸ਼ੁਕਰ। ਇੱਥੇ ਨਾ ਆ ਵੀ ਬੜੀ ਵੱਡੀ ਕੰਧ ਹੈ ਇੱਧਰ ਨੂੰ ਸਾਰੀ, ਅਤੇ ਬਕਾਇਆ ਇੱਧਰ ਵੀ ਚੰਗੀ ਉੱਚੀ ਕੰਧ ਹੈ। ਇੱਥੇ ਲੱਗੇ ਆ ਵੀ ਕੰਧ ਹੈ, ਵਿੱਚ ਲੱਗੇ, ਇੱਥੇ ਨਾ ਹਵਾ ਲੱਗਦੀ, ਹਬਸ ਬਹੁਤ ਹੈ, ਬੱਦਲ ਬਣਿਆ, ਹਬਸ ਬਹੁਤ ਹੈ। ਹਵਾ ਲੱਗੇ ਨਾ ਖੁੱਲ੍ਹੀ, ਫਿਰ ਸਕੂਨ ਆਉਂਦਾ। ਭਿੱਜੇ ਪਏ ਕੱਪੜੇ ਸਾਰੇ, ਆ ਮਲੰਗੀ ਮੇਰਾ ਵੀ ਭਿੱਜਾ ਪਿਆ ਸਾਰਾ। ਹਾਂ ਅਲਹਮਦੁਲਿਲਾ ਜੀ, 11:45 ਦਾ ਟਾਈਮ ਹੈ, ਸਾਡਾ ਹੋ ਗਿਆ ਵਕਫਾ ਬਰਾਏ ਚਾਏ। ਆਏ ਹਾਏ, ਆਏ ਹਾਏ, ਹੈ ਜੀ ਜਨਾਬ, 4 ਵਾਰ ਸਾਡੇ ਲੱਗੇ ਨੇ, ਠੀਕ ਹੈ, ਅਤੇ ਗਰਮੀ ਨਾਲ ਹਬਸ ਨਾਲ ਆ ਵੇਖ ਲਓ ਕੀ ਹਾਲ ਹੈ। ਹੈਂ, ਧੁੱਪ ਤਾਂ ਕੋਈ ਨਹੀਂ, ਲੇਕਿਨ ਹਬਸ ਬਹੁਤ ਜ਼ਿਆਦਾ। ਅੱਲਾਹ ਅੱਲਾਹ ਦਾ ਸ਼ੁਕਰ ਹੈ, ਜੇ ਸਾਲ 'ਚ ਵੀ ਰੱਖੇ, ਜਦੋਂ ਬਾਰਿਸ਼ ਦਿੱਤੀ ਸੀ ਅਸੀਂ ਤੇਰਾ ਉਦੋਂ ਵੀ ਸ਼ੁਕਰ ਕਰਦੇ ਹਾਂ ਜਦੋਂ ਹੁਣ ਹੱਬਸ ਹੈ। ਲੇਕਿਨ ਇਹ ਧੁੱਪ ਤਾਂ ਨਹੀਂ ਨਾ ਪੈਂਦੀ, ਬਾਅਦ ਕਦ ਹੁੰਦਾ ਸਿਰ 'ਚ ਧੁੱਪ ਪੈਂਦੀ, ਸਿੱਧੀ ਸਿਰ 'ਚ ਘੁੰਮਣ ਲੱਗ ਪੈਂਦਾ। ਲੇਕਿਨ ਇਹ ਚੀਜ਼ ਤਾਂ ਨਹੀਂ ਨਾ, ਅੱਲਾਹ ਦਾ ਸ਼ੁਕਰ ਆ, ਅਲਹਮਦੁਲਿਲਾ। ਆ ਜਾਓ, ਅਜੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਨਾ, ਮਲੰਗੀ ਨੇ ਬਿਸਕੁਟ ਲਿਆਂਦੇ ਨੇ 4। ਤੁਸੀਂ ਉੱਥੇ ਹਾਂਜੀ, ਤੁਸੀਂ ਅੱਪੜਾ ਉੱਤੇ ਹੈ ਮਲੰਗੀ ਦੇ ਉੱਤੇ। ਹਾਂ, ਰੱਜ ਕੇ ਖਾ ਲਾ, ਰੱਜ ਕੇ ਆ ਜਾਓ, ਚਾਹ ਪੀ ਲਓ। ਮਾਸ਼ਾਅੱਲਾ ਤੁਹਾਡਾ, ਕਹਿੰਦਾ ਖਾ ਲਾ, ਅਰੇ ਕਦੋਂ ਦੇ ਖਾਧੇ ਨੀ। ਆਪਣਾ ਮਸਾਲਾ ਗਿਆ ਖਤਮ, ਹੋ ਉੱਤੇ ਰੇਟ ਵੀ ਕੋਈ ਨਹੀਂ ਸਾਡੇ ਕੋਲ ਛੱਤ 'ਤੇ, ਜਿਹੜਾ ਮਸਾਲਾ ਬਣਾ ਕੇ ਆਪਣਾ ਕੰਮ ਸ਼ੁਰੂ ਕਰੀਏ। ਅਤੇ ਨਾਲ ਦੇ ਮਜ਼ਦੂਰ ਨੂੰ ਮੈਂ ਕਿਹਾ ਥੱਲੋਂ ਰੇਤ ਲਿਆਓ, ਗਿਆ ਰੇਤ ਲਿਆਉਣ, ਅਤੇ ਮੈਂ ਵੀ ਚੱਲਦਾ ਥੱਲੇ 2 ਮਿੰਟ, ਥੱਲੇ ਸਾਹ ਸੂਹ ਲੈਂਦੇ ਹਾਂ ਇੱਕ। ਅਤੇ ਦੂਸਰੇ ਨੰਬਰ 'ਤੇ ਇਹ ਮੇਰੇ ਕੋਲ ਘੜੀ ਹੈ ਜਨਾਬ, ਇਹਦਾ ਸੈੱਲ ਖਤਮ ਹੋਇਆ ਅਤੇ ਮੈਨੂੰ ਸ਼ੌਕ ਚੜਿਆ ਘੜੀ ਪਾਉਣ ਦਾ, ਅਤੇ ਮੈਂ ਕਿਹਾ ਇਹਦਾ ਸੈੱਲ ਪਵਾਈਏ ਅਤੇ ਫਿਰ ਆਪਾਂ ਗੋਟਰ ਦੇ ਨਾਲ ਬੰਨਾ ਕਰਾਂਗੇ।
ਅਸਲਾਮ ਵਾਲੇਕੁਮ ਸ਼ਾਹ ਜੀ, ਕੀ ਹਾਲ ਹੈ? ਠੀਕ ਹੋ? ਕਲੀਅਰ? ਇਹ ਘੜੀ ਦਾ ਸੈੱਲ ਚੈੱਕ ਕਰੋ, ਪਤਾ ਨਹੀਂ ਸੈੱਲ ਪੈਣ ਵਾਲਾ ਜਾਂ ਕੀ। ਕਿੰਨੇ ਵਾਲਾ? 100 ਵਾਲਾ ਬਾਦ 100 ਵਾਲਾ। ਅੱਛਾ, ਪਾਣੀ ਤਾਂ ਨਾ ਪਏਗਾ ਦੁਬਾਰੇ ਫਿਰ? ਪਾਣੀ ਤਾਂ ਦੁਬਾਰੇ ਪਏ, ਪਾਣੀ ਸੈੱਲ ਨਹੀਂ ਟੱਕਰਾਂ ਦਾ। ਨਹੀਂ, ਆਹ ਸੀਲ ਵਗੈਰਾ ਸਹੀ ਹੈ? ਸੀਲ ਜੋ ਕੋਈ ਪੁੱਤਰਾ ਤੇਰੀਆਂ ਨੇ, ਸੀਲ ਇਹ ਜਿਹੜੀਆਂ ਨੇ ਇਹ ਅੱਗੇ ਨਹੀਂ ਪੈਂਦਾ ਤਾਂ ਚਾਹੇਗਾ ਕੋਈ ਨਾ ਕੋਈ, ਮਗਰੋਂ ਫਿਰ ਉਸ ਤੋਂ ਬਾਅਦ ਪਾ ਵੀ ਲਓਗੇ ਤਾਂ ਇਤਿਹਾਸ ਇਤਿਹਾਸ ਦਾ ਇਹਦੇ ਨਾਲ ਵੀ ਇਤਿਹਾਸ ਜ਼ਰੂਰੀ ਹੈ। ਜਪਾਨੀ ਮਿਲ ਜਾਂਦਾ ਜੀ, ਉਹ ਨਹੀਂ ਮਿਲਦਾ ਨਾ, ਉਹ ਆਈ ਹੈ। ਸਾਢੇ 11 ਹੋ ਗਿਆ। ਇੱਕ ਮਿੰਟ ਤੋਂ ਪਹਿਲਾਂ ਰੈਡੀ ਹੋ ਗਈ। ਮੈਂ ਕਿਹਾ ਥੱਲੇ ਤਾਂ ਚਲੋ ਗਏ ਹਾਂ, ਕਿਉਂ ਨਾ ਮਲੰਗੀ ਦੇ ਨਾਲ ਨਾਲ ਰੇਤ ਰੂਤ ਭਰ ਕੇ ਚੜ੍ਹਾ ਦਈਏ। ਉਸ ਤੋਂ ਬਾਅਦ ਜਨਾਬ ਮੇਰੀ ਘੜੀ ਇਹ ਵੀ ਰੈਡੀ ਹੋ ਗਈ, ਆਪਣੀ ਸੈੱਲ ਪਵਾ ਕੇ ਲੈ ਕੇ ਆ ਗਏ ਹਾਂ। 11:35 ਹੋ ਗਏ ਨੇ। ਸੁਣਾਓ ਜੀ, ਕੈਸੀ ਲੱਗਦੀ? ਮਾਸ਼ਾਅੱਲਾ ਦੁਬਾਰਾ ਗੱਲਾਂ ਹੈਂ, ਜ਼ਬਰਦਸਤ ਲੱਗਦੀ ਕਿ ਨਹੀਂ? ਗੁੱਠਦੇ ਨੇ ਪਾਲ ਪਾਈ। ਇੱਕ ਇੱਦਾਂ ਦੀ ਹੋਰ ਪਈ ਹੈ ਸੇਮ, ਜਿਹੜੀ ਮੈਂ ਬਾਹਰੋਂ ਸਾਊਦੀ ਅਰਬੋਂ ਲੈ ਕੇ ਆਇਆ ਸਾਂ। ਇਹ ਇੱਕ ਲੇਡੀਜ਼ ਸੀ ਅਤੇ ਇੱਕ ਜੈਂਟਸ ਸੀ, ਯਾਨੀ ਕਿ ਜੈਂਟਸ ਮੈਂ ਆਪਣੇ ਲਈ ਰੱਖੀ ਸੀ, ਲੇਡੀਜ਼ ਜਿਹੜੀ ਸੀ ਮੈਂ ਆਪਣੀ ਬੇਗਮ ਨੂੰ ਗਿਫਟ ਕੀਤਾ ਸੀ ਜਦੋਂ ਮੇਰੀ ਸ਼ਾਦੀ ਹੋਈ ਸੀ। ਅਤੇ ਉਹਨਾਂ ਦੋਨਾਂ ਦੇ ਵੀ ਸੈੱਲ ਮੁੱਕੇ ਨੇ, ਉਹ ਵੀ ਸਹੀ ਸਹੀ ਕਰਾਉਣੀ ਆ, ਅਤੇ ਉਹ ਵੀ ਕਿਸੇ ਦਿਨ ਟਾਈਮ ਮਿਲਿਆ ਜਦੋਂ ਜਾਂ ਜਦੋਂ ਮਾਲ ਹੋਇਆ ਉਹ ਵੀ ਸਹੀ ਕਰਾਵਾਂਗੇ। ਅਲਹਮਦੁਲਿਲਾ ਜੀ, ਮਸਾਲਾ ਆਪਣਾ ਬਣ ਗਿਆ, ਵਿੱਚ ਪਾਣੀ ਵੀ ਪੈ ਗਿਆ, ਅਤੇ ਪੈਪ ਤਾਂ ਚੱਲਦਾ ਪਿਆ ਸੀ, ਮਸਾਲੇ 'ਚ ਪਾਣੀ ਪਾਇਆ। ਇਸ ਤੋਂ ਮੈਂ ਕਿਹਾ ਇੱਟਾਂ ਨੂੰ ਵੀ ਲਾ ਲਈਏ ਇੱਕ ਵਾਰੀ, ਅਤੇ ਉਹਨਾਂ ਦੇ ਮਸਾਲਾ ਜਿਹੜਾ ਪਾਣੀ ਪੀ ਕੇ ਫਰੈਸ਼ ਹੋ ਜੇ, ਆ ਜਿਵੇਂ ਬੰਦਾ ਪਾਣੀ ਪੀ ਕੇ ਫਰੈਸ਼ ਹੁੰਦਾ। ਮਾਸ਼ਾਅੱਲਾ ਤਬਾਰਕਲਾ ਦੋਸਤੋ, ਸਾਡੀ ਦੀਵਾਰ ਜਿਹੜੀ ਹੈ ਗਈ ਹੈ ਬਣ ਇੰਨੀ ਕੁ, ਅਲਹਮਦੁਲਿਲਾ। 10 ਮਿੰਟ ਸਾਡੇ ਰਹਿੰਦੇ ਸਨ ਅਤੇ ਅਸੀਂ ਆ ਜਿਹੜੀ ਨਾ ਰੇਤ ਉੱਤੇ ਚਾੜਤੀ, ਤਾਂ ਕਿ ਰੇਤ ਜਿਹੜੀ ਨਾ ਪੂਰੀ ਹੋ ਜੇ, ਹਾਫ ਟਾਈਮ ਤੋਂ ਬਾਅਦ ਆਉਂਦਿਆਂ ਸਾਰੀ ਮਸਾਲਾ ਬਣਾ ਲਾਂਗੇ। ਹੁਣ ਹੋ ਗਿਆ ਜੀ 1 ਦਾ ਟਾਈਮ, ਅਤੇ ਅਸੀਂ ਜਾਂਦੇ ਪਏ ਹਾਂ ਜੀ ਖਾਣਾ ਖਾਣ। ਉਤਰੀਏ ਸੀੜੀਆਂ, ਬਿਸਮਿਲ੍ਲਾ ਪੜ੍ਹ ਕੇ, ਬਿਸਮਿਲ੍ਲਾ ਤੈਨੂੰ ਕੀ ਆ ਟਿੰਡਿਆ? ਮਾਸ਼ਾਅੱਲਾ ਤਬਾਰਕਅੱਲਾ ਜਨਾਬ ਅਲੀ, ਇਹ ਰਿਹਾ ਜੀ ਆਪਣਾ ਦੁਪਹਿਰ ਦਾ ਖਾਣਾ, ਬੱਕਰੇ ਦੇ ਗੋਸ਼ਤ ਦੇ ਸਾਲਨ ਦੇ ਨਾਲ। ਕਿਆ ਬਾਤ ਹੈ ਜੀ, ਕਿਆ ਬਾਤ ਹੈ! ਬਿਸਮਿਲ੍ਲਾ ਕਰੀਏ ਜੀ, ਮੋਟੀ ਤਾਂ ਹੱਡੀ ਵਾਲੀ ਹੁੰਦੀ ਹੈ। ਹੋਰ ਵੇਖ ਲੈਂਦੇ ਹਾਂ ਕੋਈ ਆ, ਥੋੜ੍ਹੇ ਜਿਹੇ ਨਸੀਬ ਤਗੜੇ ਕਰ ਲੈਣੇ ਆ। ਹਾਏ ਹਾਏ, ਬੜਾ ਨਰਮ ਅਤੇ ਮੁਲਾਇਮ ਜਿਹਾ ਗੋਸ਼ਤ ਗਲਿਆ ਮਾਸ਼ਾਅੱਲਾ, ਜਿਹੜਾ ਕਿ ਮੈਨੂੰ ਹਮੇਸ਼ਾ ਹੀ ਪਸੰਦ ਹੈ ਇਸ ਤਰ੍ਹਾਂ ਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਲਹਮਦੁਲਿਲਾ, ਲਾਜਵਾਬ, ਮਜ਼ਾ ਆ ਗਿਆ।
ਅਲਹਮਦੁਲਿਲਾ ਜੀ ਦੋਸਤੋ, ਗਏ ਸੀ ਘਰ ਖਾਣਾ ਖਾਣ, ਖਾਣਾ ਵਗੈਰਾ ਖਾ ਕੇ ਰੈਸਟ ਕਰਕੇ ਫਿਰ ਪਹੁੰਚ ਆਏ ਸੀ ਕੰਮ 'ਤੇ, ਆਣ ਕੇ ਆਪਣਾ ਕੰਮ ਸ਼ੁਰੂ ਕਰ ਲਿਆ ਸੀ। ਅਤੇ ਇਹ ਦੇਖੋ ਮਾਸ਼ਾ ਅੱਲਾ ਤਬਾਰਾ ਗੱਲ, ਜਿੱਥੋਂ ਤੱਕ ਅਸੀਂ ਦੀਵਾਰ ਬਣਾਉਣੀ ਸੀ ਨਾ ਉੱਥੋਂ ਤੱਕ ਇਹ ਦੀਵਾਰ ਗਈ ਹੈ ਸਾਡੀ ਸਾਰੀ ਮੁਕੰਮਲ ਹੋ। ਅਲਹਮਦੁਲਿਲਾ ਅਲਹਮਦੁਲਿਲਾ, 11 ਵਾਰ ਅਸੀਂ ਟੋਟਲ ਲਾਏ ਨੇ ਹੈਂ। ਇੱਕ ਵਾਰ 'ਚ 105 ਇੱਟਾਂ ਲੱਗਦੀਆਂ ਨੇ, 5 ਜਾਂ 6, ਅਤੇ ਤੁਸੀਂ ਆਪ ਹੀ ਅੱਗੋਂ ਸਰਵ ਦੇ ਲਓ ਕਿੰਨੀਆਂ ਇੱਟਾਂ ਅਸੀਂ ਲਾਤੀਆਂ 5:30 ਵਜੇ ਤੱਕ ਹੈਂ। ਅਤੇ ਹੁਣ ਜਨਾਬੇ ਵਾਲੀ ਇੱਧਰਲੀ ਸੈਟਿੰਗ ਕਰਨ ਡੇ ਹਾਂ। ਇਹ ਜਿਹੜੀ ਦੀਵਾਰ ਆਪਾਂ ਢਾਈ ਸੀ ਨਾ, ਇਹਨੂੰ ਦੁਬਾਰੇ ਨੂੰ ਥੱਲੋਂ ਸਾਰੀ ਇਹਦੀਆਂ ਟਾਇਲ ਡਬਲ, ਜਿਹੜੀ ਡਬਲ ਟਾਇਲ ਹੈ ਨਾ ਉਹ ਪੁੱਟੀਏ, ਥੱਲੋਂ ਮਿੱਟੀ ਕੱਢ ਕੇ ਦੁਬਾਰੇ ਮਸਾਲਾ ਪਾ ਕੇ ਨਾ ਵਾਰ ਥੱਲੋਂ ਸਾਰੇ ਚੁੱਕ ਕੇ ਲਿਆਉਣੇ ਨੇ। ਜਿਹੜੀ ਅਗਰ ਫਸਟ ਫਲੋਰ ਦੀਆਂ ਉੱਤੋਂ ਚਿਣਾਈਆਂ ਵਗੈਰਾ ਚੁੱਕੀਏ ਨਾ, ਡਬਲ ਟਾਇਲ ਲੱਗੀ ਹੋਈ ਤਾਂ ਉਹਦਾ ਤਰੀਕਾ ਕਰ ਐਵੇਂ ਇਸ ਤਰ੍ਹਾਂ ਲਾਜ਼ਮੀ ਕਰੀਦਾ, ਠੀਕ ਹੋ ਗਿਆ ਨਾ। ਇਸ ਤਰ੍ਹਾਂ ਜਿੰਨੀ ਟਾਇਲ ਹੈ ਮਿੱਟੀ ਕੱਢ ਕੇ ਥੱਲੋਂ ਦੀਵਾਰ ਦੇ ਉੱਤੋਂ ਦੀਵਾਰ ਜਿਹੜੀ ਹੈ ਨਾ ਉਹ ਚੁੱਕਣੀ ਹੈ ਜਦੋਂ ਵੀ ਇਸ ਤਰ੍ਹਾਂ ਦਾ ਕੰਮ ਕਰਨਾ, ਠੀਕ ਹੈ। 5:30 ਹੋ ਗਏ ਨੇ, ਠੀਕ ਹੈ। ਮਸਾਲਾ ਸਾਡਾ ਆਹ ਥੋੜ੍ਹਾ ਜਿਹਾ ਪਿਆ, ਉਹ ਅਸੀਂ ਇੱਥੇ ਲਾ ਕੇ 6 ਵਜੇ ਤੱਕ ਇਨਸ਼ਾਅੱਲਾ ਵਿਹਲਿਆ ਹੋ ਜਾਣਾ। ਗਰਮੀ ਨੇ ਅਜੇ ਮੱਤ ਮਾਰਤੀ, ਬੇਬਹਾ ਗਰਮੀ ਸੀ ਅਜੇ ਸਾਡੇ 'ਤੇ, ਪਸੀਨੇ ਨੂੰ ਛੁੱਕੇ ਸੁਬਾਹ ਤੋਂ ਲੈ ਕੇ ਹੁਣ ਤੱਕ ਸ਼ਾਮ ਤੱਕ ਜਾਣੀ। ਅੱਛਾ, ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਸੀ ਕਿ ਇਹ ਜਿਹੜੀ ਆਪਾਂ ਛੱਤ ਪਾਈ ਸੀ ਨਾ ਬਰਾਂਡੇ 'ਤੇ, ਡਬਲ ਟਾਇਲ ਲਾਈ ਸੀ, ਇਹਦੇ ਨਾ ਕਿਸੇ ਗਾਰਡਰ 'ਚ ਪਤਾ ਨਹੀਂ ਕੋਈ ਕਮਜ਼ੋਰੀ ਹੈ ਜਾਂ ਟੀਅਰ ਨੇ ਹਲਕੇ, ਜਦੋਂ ਉੱਥੇ ਤੁਰਦੇ ਨਾ ਤਾਂ ਮਾੜੀ ਮਾੜੀ ਨਾ ਲਚਕ ਮਾਰਦੀ, ਝੋਲ ਮਾਰਦੀ, ਅਤੇ ਉਹ ਜਿਹੜੀ ਝੋਲ ਹੈ ਨਾ ਉਹਦੀ ਵਜ੍ਹਾ ਤੋਂ ਇੱਧਰ ਸਾਈਡ 'ਤੇ ਨਾ ਨਾਲ ਨਾਲ ਤੋੜ ਪੈ ਗਈ, ਇੱਕ ਤਰੇੜ ਤਰੇੜ ਸਾਰੀ ਪੈ ਗਈ, ਲੇਕਿਨ ਪਾਣੀ ਸਿਰਫ ਔਰ ਸਿਰਫ ਇੰਨੀ ਕੁ ਜਗ੍ਹਾ ਤੋਂ ਹੀ ਲੀਕ ਹੁੰਦਾ ਸੀ, ਇੱਥੋਂ ਹਰੇ ਜ਼ਿਆਦਾ ਪੈ ਗਈ ਜਾਂ ਦਰਮਿਆਨ ਸੀ ਇਸ ਤੋਂ, ਅਤੇ ਇਸ ਵਜ੍ਹਾ ਤੋਂ ਨਾ ਇੱਥੋਂ ਜਦੋਂ ਤਰੇੜ ਪੈ ਗਈ ਤਾਂ ਪਾਣੀ, ਬਾਰਿਸ਼ ਆਈ ਨਾ ਪਿਛਲੇ ਬਲੋਗਾਂ 'ਚ ਤੁਸੀਂ ਦੇਖਿਆ ਹੋਣੀ, ਬਾਰਿਸ਼ ਆਈ ਅਤੇ ਇੱਥੋਂ ਦੀ ਨਾ ਪਾਣੀ ਥੱਲੇ ਜਾਂਦਾ ਸੀ, ਪਾਣੀ ਥੱਲੋਂ ਚੋਂਦਾ ਸੀ। ਅਤੇ ਇਹ ਜਨਾਬੇ ਵਾਲੀ ਕੱਲ੍ਹ ਅਸੀਂ ਨਾ ਇਹਦੇ ਉੱਤੇ ਨੀਰੂ ਪਾ ਕੇ ਦੁਬਾਰੇ ਜਿਹੜਾ ਨਾ 2-1 ਦਾ ਮਸਾਲਾ ਪਾ ਕੇ ਧੋਲ ਇਹਨਾਂ ਨਾ ਕਾਂਡੀ ਦੇ ਨਾਲ ਘੁੱਟ ਕੇ ਇਹਦੀ ਸਫਾਈ ਨਾਲ ਨਾ ਲਾਤਾ। ਉਸਤਾਦ ਵੀ ਕਹਿੰਦੇ ਹਨ ਕਿ ਜਿੱਥੇ ਲੀਕ ਹੁੰਦਾ ਉੱਥੇ ਲਾ ਦੇ, ਬਗਾਇ ਜਿਹੜੀ ਤਰੇੜ ਹੈ ਨਾ ਉੱਥੇ ਤੂੰ ਨੀਰੂ ਪਾ ਦੇ। ਮੈਂ ਕਿਹਾ ਸਰ ਜੀ ਹੋ ਸਕਦਾ ਵਕਤ ਦੇ ਨਾਲ ਨਾਲ ਉਹ ਤਰੇੜ ਜ਼ਿਆਦਾ ਹੋ ਜਾਵੇ, ਅਤੇ ਇਸ ਤੋਂ ਮੈਂ ਕਿਹਾ ਸਾਰੇ ਹੀ ਲਾ ਦਿੰਦੇ ਹਾਂ ਮਸਾਲਾ। ਇੱਧਰੋਂ ਇੱਥੇ ਤੱਕ ਪਈ ਸੀ, ਇੱਧਰੋਂ ਇੰਝ, ਇੱਧਰ ਨੂੰ ਸਾਰੀ ਇੱਥੇ ਤੱਕ ਨਾ ਸਾਰੀ ਤਰੇੜ ਆਪਾਂ ਨਾ ਮਸਾਲਾ ਲਾ ਕੇ ਅਤੇ ਓਕੇ ਕੀਤੀ ਸੀ। ਕੱਲ੍ਹ ਤਾਂ ਦਿਖਾਇਆ ਨਹੀਂ ਸੀ, ਅੱਜ ਇਹਦਾ ਇੱਕ ਕਲਿੱਪ ਹੋਣਾ ਚਾਹੀਦਾ। ਮਾਸ਼ਾ ਅੱਲਾ ਬੜੀ ਪਿਆਰੀ ਹੁਣ ਹੋ ਗਈ, ਹੁਣ ਬੜੀ ਜ਼ਬਰਦਸਤ ਹੋ ਗਈ, ਨਾ ਤਰੇੜ ਪਈ ਹਜੇ ਤੱਕ ਅਤੇ ਨਾ ਹੀ ਇਨਸ਼ਾਅੱਲਾ ਲੀਕ ਹੋਏਗਾ। ਮਾਸ਼ਾ ਅੱਲਾ ਤਬਾਰਕ ਅੱਲਾ, ਇਹਦੇ ਵੀ 2 ਵਾਰ ਲੱਗ ਗਏ ਨੇ, ਸਾਰੀ ਛੱਤ ਦੀ ਸਫਾਈ ਵੀ ਉਹ ਚੱਲੀ ਹੈ। ਅਤੇ ਜਨਾਬ 6:10 ਹੋ ਗਏ ਨੇ, ਹੁਣ ਅਸੀਂ ਕਰਨ ਲੱਗੇ ਹਾਂ ਛੁੱਟੀ। ਐਸ਼ਾ ਅਤੇ ਅਹਿਮਦ, ਇਹ ਵੇਖੋ ਕਰਨ ਕੀ ਦੇਣ ਵਾਲਾ। ਹਾਂ ਕੀ ਉਹ ਪਤਾ ਨਹੀਂ ਕਿਹੜੀ ਕੋਈ ਨਾ ਲਾਲੜੀ ਹੈ ਜਾਂ ਪਰਿੰਦਾ ਹੈ ਜਾਂ ਜਿਹਨੂੰ ਕਹਿੰਦੇ ਨੇ ਚਾਮ ਚਰੇਠ, ਪਤਾ ਨਹੀਂ ਉਹ ਵਾ। ਅਤੇ ਜਨਾਬੇ ਵਾਲੀ ਉਹ ਨਾ ਘੁੰਮਦੀ ਫਿਰਦੀ ਆ, ਉਹ ਸਾਹਮਣੇ ਦੇਖੋ ਪੂਰੇ ਇੱਥੇ ਬਰਾਂਡੇ ਦੇ ਵਿੱਚ, ਉਹ ਕਦੀ ਉਸ ਕੰਧ ਨਾਲ ਕਦੀ ਉਸ ਕੰਧ ਨਾਲ, ਅਤੇ ਇਹ ਜਿਹੜੇ ਨੇ ਨਾ ਉਹਦੇ ਵੱਲ ਵੇਖ ਵੇਖ ਕੇ ਅਤੇ ਚੀਕਾਂ ਮਾਰਦੇ ਰੌਲਾ ਪਾਉਂਦੇ। ਹੁਣ ਇੱਧਰ ਨੂੰ ਅਹਿਮਦ ਜਿਹੜਾ ਉਹ ਤਾਂ ਜੁੱਤੀਆਂ ਵੀ ਮਾਰਦਾ ਚੁੱਕ ਚੁੱਕ ਕੇ, ਪਰ ਉਹਨੂੰ ਲੱਗਦੀ ਨਹੀਂ ਬਹੁਤੀ ਉੱਚੀ ਹੈ ਨਾ, ਹੁਣ ਉਹ ਉੱਥੇ ਬਹਿ ਗਈ ਜਾ ਕੇ। ਅਤੇ ਉਹ ਦੇਖੋ ਉਹ ਅਹਿਮਦ ਦੀ ਜੁੱਤੀ ਉਹਨੂੰ ਵੱਜਣ ਲੱਗੀ ਸੀ ਅਤੇ ਬਚ ਗਈ ਥੋੜ੍ਹੀ ਜਿਹੀ ਨੀਵੀਂ ਰਹਿ ਗਈ। ਓ ਵੇ ਕਿੱਥੇ ਮਾਰਦਾ ਜੁੱਤੀ, ਹੁਣ ਪੱਖੇ 'ਤੇ ਬਹਿ ਗਈ, ਹੁਣ ਪੱਖੇ 'ਤੇ ਅਹਿਮਦ ਹੁਣ ਦੁਆਰ 'ਤੇ ਫਿਰ ਬਹਿ ਗਈ, ਫਿਰ ਮਾਰ ਜੁੱਤੀ ਲੈ ਉਹ।
ਆ ਵੇ ਪਾਟੋ ਤੂੰ ਕਦੋਂ ਹੱਸਣੀ ਏ, ਇਹ ਕੋਈ ਹੱਸਣ ਵਾਲੀ ਚੀਜ਼? ਚੱਲ ਫਿਰ ਮਾਰ। ਅਲਹਮਦੁਲਿਲਾ ਜੀ ਦੋਸਤੋ, ਨਹਾ ਧੋ ਕੇ ਫਰੈਸ਼ ਹੋ ਗਏ। ਪਰਿੰਦਾ ਤਾਂ ਹੌਲੀ ਹੌਲੀ ਉੱਡਦਾ ਉੱਡਦਾ ਜਿਹੜਾ ਨਾ ਇੱਧਰ ਨੂੰ ਮਤਲਬ ਬਾਹਰ ਨੂੰ ਨਹੀਂ, ਉਹ ਨਾ ਪੱਖਾ ਅਸੀਂ ਸਾਨੂੰ ਗਰਮੀ ਲੱਗਦੀ ਸੀ ਫਿਰ ਅਸੀਂ ਪੱਖਾ ਚਲਾ ਲਿਆ। ਉਹ ਇੱਕ ਜਗ੍ਹਾ 'ਤੇ ਬੈਠਾ ਰਿਹਾ ਬੈਠਾ ਰਿਹਾ ਬੈਠਾ ਰਿਹਾ, ਬਾਅਦ 'ਚ ਥੋੜ੍ਹੀ ਥੋੜ੍ਹੀ ਦੇਰ ਬਾਅਦ ਨਾ ਕਦੀ ਉੱਡ ਗਈ ਕਿਸੇ ਨੁੱਕਰ 'ਚ ਤਾਂ ਕਦੀ ਕਿਸੇ ਦੀਵਾਰ ਨਾਲ ਇੱਦਾਂ। ਫਿਰ ਹੌਲੀ ਹੌਲੀ ਪੱਜਾ ਪੱਖੇ 'ਚ, ਵਿਚਾਰ ਥੱਲੇ ਭੁੜਾ ਕੇ ਡਿੱਗਾ ਅਤੇ ਉਹਨੂੰ ਅਸੀਂ ਚੁੱਕ ਕੇ ਫਿਰ ਬਾਹਰ ਸੁੱਟਤਾ। ਅਤੇ ਉਹ ਫਿਰ ਪਤਾ ਹੀ ਹੁਣ ਅੱਲਾ ਜਾਣੇ ਬਚਿਆ ਜਾਂ ਫੋਤ ਹੋ ਗਿਆ ਅੱਲਾ ਜਾਂਦਾ। ਥੋੜ੍ਹੀ ਦੇਰ ਨਾ ਬੱਚਿਆਂ ਨੂੰ ਚੰਗਾ ਉਹਨੇ ਖੁਸ਼ ਖੁਸ਼ ਕੀਤਾ ਹੈ। ਅਹਿਮਦ ਅਤੇ ਆਸ਼ਾ ਵੇਖ ਤਾਂ ਤੁਸੀਂ ਕਿੰਨੇ ਖੁਸ਼ ਹੋਏ ਹੈ। ਛੋਟੀ ਜੀ ਚਿੜੀ ਨੇ ਨਾ ਬੱਚਿਆਂ ਨੂੰ ਚੰਗਾ ਜਿਹੜਾ ਨਾ ਇੱਕ ਮਿੰਟ 'ਚ ਖੁਸ਼ ਕਰਕੇ ਲਾ ਦਿੱਤਾ। ਅਤੇ ਠੀਕ ਹੋ ਗਿਆ ਦੋਸਤੋ, ਆਪਣੇ ਇਸ ਵਲੋਗ ਦਾ ਕਰਦੇ ਆਪਾਂ ਇੱਥੇ ਐਂਡ। ਇਨਸ਼ਾ ਅੱਲਾ ਜ਼ਿੰਦਗੀ ਤੰਦਰੁਸਤੀ ਫਿਰ ਮਿਲਦੀ ਹੈ ਤੁਹਾਡੇ ਨਾਲ ਅਗਲੇ ਵਲੋਗ 'ਚ। ਅਗਲੇ ਵਲੋਗ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਦੁਆਵਾਂ 'ਚ ਯਾਦ ਰੱਖਿਓ, ਬਹੁਤ ਸਾਰਾ ਪਿਆਰ। ਅੱਲਾ ਹਾਫਿਜ਼।